ਸੋਸ਼ਲ ਮੀਡੀਆ ਸਾਈਟਸ 'ਤੇ ਅੱਜ ਕੱਲ੍ਹ ਹਰ ਕੋਈ ਐਕਟਿਵ ਰਹਿੰਦਾ ਹੈ, ਚਾਹੇ ਫਿਰ ਉਹ ਫੇਸਬੁੱਕ ਹੋਵੇ ਜਾਂ ਇੰਸਟਾਗ੍ਰਾਮ ਜਾਂ ਫਿਰ ਕੋਈ ਹੋਰ ਸਾਈਟ। ਜੇਕਰ ਗੱਲ ਕੀਤੀ ਜਾਵੇ ਫੇਸਬੁੱਕ ਦੀ, ਤਾਂ ਫੇਸਬੁੱਕ ਅਜਿਹੀ ਸੋਸ਼ਲ ਮੀਡੀਆ ਸਾਈਟ ਹੈ ਜਿਸ 'ਤੇ ਹਰ ਕੋਈ ਆਪਣੀਆਂ ਫੋਟੋਜ਼, ਵੀਡੀਓਜ਼ ਬੇਝਿਜਕ ਅਪਲੋਡ ਕਰਦਾ ਹੈ, ਅਤੇ ਅਕਸਰ ਲੋਕਾਂ ਵੱਲੋਂ ਫੋਟੋਜ਼ ਜਾਂ ਵੀਡੀਓਜ਼ 'ਤੇ ਕਮੈਂਟਸ ਕਰਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾਂਦੇ ਨੇ। ਕਿਸੇ ਦੀ ਤਸਵੀਰ 'ਤੇ ਕੀਤਾ ਗਿਆ ਕਮੈਂਟ ਆਪਣੇ ਆਪ 'ਤੇ ਭਾਰੀ ਵੀ ਪੈ ਸਕਦਾ ਹੈ, ਇਹ ਸ਼ਾਇਦ ਕਦੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ, ਪਰ ਅਜਿਹਾ ਹੀ ਮਾਮਲਾ ਮੋਗਾ ਦੇ ਪ੍ਰੀਤਨਗਰ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਲੜਕੀ ਦੀ ਤਸਵੀਰ 'ਤੇ ਇੱਕ ਨੌਜਵਾਨ ਨੂੰ ਕਮੈਂਟ ਕਰਨਾ ਬਹੁਤ ਮਹਿੰਗਾ ਪੈ ਗਿਆ। ਦਰਅਸਲ ਕੁਝ ਦਿਨ ਪਹਿਲਾਂ ਮੈਸੇਂਜਰ 'ਤੇ ਇੱਕ ਕੁੜੀ ਨੇ ਰਮਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਤਸਵੀਰਾਂ ਭੇਜੀਆਂ ਸਨ, ਜੋ ਕਿ ਕੁਝ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਦੋਸਤ ਬਣੇ ਸਨ। ਇਸੇ ਦੌਰਾਨ ਜਦੋਂ ਰਮਨਦੀਪ ਸਿੰਘ ਨੇ ਲੜਕੀ ਦੀ ਫੋਟੋ 'ਤੇ ਕਮੈਂਟ ਕੀਤਾ, ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰਮਨਦੀਪ ਸਿੰਘ ਅਤੇ ਉਸਦੇ ਦੋਸਤ ਨੂੰ ਘੇਰ ਕੇ ਕੁੱਟਿਆ ਅਤੇ ਉਹਨਾਂ ਦੀ ਚੈਟ ਡਿਲੀਟ ਕਰ ਦਿੱਤੀ ਗਈ। ਮੁੰਡਿਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੁੜੀ ਨੂੰ ਕੋਈ ਭੱਦਾ ਕਮੈਂਟ ਨਹੀਂ ਕੀਤਾ ਗਿਆ ਸੀ। ਪੀੜਿਤ ਲੜਕੇ ਦਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ, ਆਓ ਸੁਣ ਲੈਂਦੇ ਹਾਂ। ਸਾਡੇ ਨਾਲ ਉਹ ਘਰੋਂਦੇ ਪਏ ਸੀਗੇ ਦੋਵੇਂ, ਘਰੇ ਕੋਈ ਨਹੀਂ ਸੀਗਾ ਅਤੇ ਉੱਥੇ ਜਿਹੜੇ ਗੁਆਂਢੀ ਆ ਘਰ ਹੀ ਉਹਨਾਂ ਕੋਲ, ਸਾਡੇ ਘਰ ਕੋਲ ਘਰ ਹੀ ਆ, ਅਤੇ ਉਹ 15-20 ਜਣੇ ਸਾਡੇ ਗਲ ਪੈ ਗਏ। ਕੁੱਟਿਆ ਤੁਹਾਨੂੰ? ਹਾਂਜੀ, ਬਹੁਤ ਕੁੱਟੇ। ਕਿਉਂ ਕੁੱਟਿਆ ਗਿਆ? ਅਤੇ ਉਹਨਾਂ ਦੀ ਕੁੜੀ ਵਟਸਐਪ 'ਤੇ ਉਹ ਮੈਸੈਂਜਰ 'ਤੇ ਪਹਿਲਾਂ ਉਹਨਾਂ ਮੈਂ ਚੈਟਿੰਗ ਕਰਦੀ ਵਗੈਰਾ, ਉਹਨੇ ਮੈਂ ਨੰਬਰ ਮੰਗਿਆ ਅਤੇ ਮੈਂ ਨੰਬਰ ਸੈਂਡ ਕਰਤਾ, ਅਤੇ ਬਾਅਦ 'ਚੋਂ ਕਹਿੰਦੇ ਐਂ ਕਰਕੇ ਨੰਬਰ ਸੈਂਡ ਕੀਤਾ ਜੀ, ਰਾਤ ਉਹਨਾਂ ਨੇ ਕੁੱਟਿਆ, ਅਤੇ ਮੈਂ ਕਿਹਾ ਕਿ ਮੇਰੇ ਕੋਲ ਸਬੂਤ ਆ, ਮੈਂ ਸਬੂਤ ਦਿਖਾ ਦੂੰਗਾ। ਉਹਨਾਂ ਨੇ ਫੋਨ ਖੋਹ ਕੇ ਮੇਰਾ ਨਾਲ ਚੈਟਿੰਗ ਡਿਲੀਟ ਕੀਤੀ, ਨਾਲੇ ਮੈਸੈਂਜਰ ਡਿਲੀਟ ਕਰਕੇ ਮੇਰਾ ਫੋਨ ਵੀ ਤੋੜਤਾ ਜੀ ਫੇਸਬੁੱਕ 'ਤੇ ਤੁਹਾਡੇ ਨਾਲ। ਹਾਂਜੀ, ਫਿਰ ਉਹਨੇ ਰਿਪਲਾਈ ਵੀ ਕੀਤਾ ਹੋਇਆ, ਜਿਵੇਂ ਆਪਾਂ ਕਮੈਂਟ ਕਰਦੇ ਹਾਂ ਦੁਬਾਰਾ ਰਿਪਲਾਈ ਹੁੰਦਾ, ਦਿਆ ਲਿਆ ਲਾਈਕ ਕਰਦੇ ਹਾਂ, ਰਿਪਲਾਈ ਮੈਂ ਕੁਛ ਸਬੂਤ ਫੋਟੋਆਂ ਵੀ ਉਹਨਾਂ ਦੀਆਂ ਹੈਗੀਆਂ ਜਿਹੜੀਆਂ ਸੈਂਡ ਕੀਤੀਆਂ ਜੀ ਉਹਨਾਂ ਨੇ। ਕਿੰਨੀ ਦੇਰ ਤੋਂ ਮਤਲਬ ਕਿ ਤੁਹਾਡੇ ਨਾਲ ਚੈਟਿੰਗ ਚੱਲਦੀ ਆ ਜੀ? ਹਫ਼ਤਾ ਕੀ ਹੋਇਆ ਸੀਗਾ ਜੀ। ਅੱਛਾ, ਤੁਹਾਨੂੰ ਲੱਗ ਰਿਹਾ ਸੀ ਉਹਦੇ ਘਰੇ ਪਤਾ ਲੱਗ ਗਿਆ ਜਾਂ ਕਿਵੇਂ ਹੋਇਆ? ਪਤਾ ਨਹੀਂ, ਉਹ ਲਾਈਵ ਹੋਈ ਸੀਗੀ ਅਤੇ ਉਹਨੇ ਪਹਿਲਾਂ ਮੈਂ ਕਮੈਂਟ ਕੀਤਾ ਸੀਗਾ, ਅਤੇ ਐਂ ਗੱਲਬਾਤ ਵਾ ਮੈਸੈਂਜਰ 'ਤੇ ਮੈਨੂੰ ਮੈਸੇਜ ਕਰਨ ਲੱਗ ਗਈ ਸੀਗੀ। ਕਿਸ ਤਰ੍ਹਾਂ ਮੈਸੇਜ ਕੀਤੇ ਜੀ? ਜਿਵੇਂ ਉਹ ਜਿਵੇਂ ਗੱਲ ਫਰੈਂਡ ਨਾਲ ਮੈਂ ਫਿਰ ਐਂ ਗੱਲ ਕੀਤੀ ਸੀ, ਬਸ ਨੰਬਰ ਮੰਗਣ ਲੱਗ ਗਏ, ਮੈਂ ਨੰਬਰ ਸੈਂਡ ਕਰਤਾ। ਉਸ ਤੋਂ ਬਾਅਦ ਕੀ ਹੋਇਆ? ਅਤੇ ਉਸ ਤੋਂ ਬਾਅਦ 'ਚੋਂ ਜੋ ਬਾਅਦ 'ਚੋਂ ਉਹਨਾਂ ਮੁੰਡੇ ਹੀ ਕਹਿੰਦੇ ਐਂ ਕਰਕੇ ਐਂ ਕਰਦੇ ਹਾਂ, ਮੈਂ ਕਿਹਾ ਮੇਰੇ ਕੋਲ ਸਬੂਤ ਹੈਗੇ ਆ, ਫਿਰ ਉਹਨਾਂ ਨੇ ਸਾਰਾ ਕੁਝ ਡਿਲੀਟ ਕਰਤੇ ਸਬੂਤ ਹੀ, ਮੇਰੇ ਫੋਨ ਖੋਹ ਕੇ ਦੋ ਜਣੇ ਨੇ ਮੇਰੇ ਹੱਥ ਫੜੇ ਸੀਗੇ, ਬਾਹਾਂ ਫੜ ਕੇ ਫੋਨ ਕੱਢ ਕੇ ਜੇਬ 'ਚੋਂ ਡਿਲੀਟ ਕਰਤੇ ਰਾਤ ਹੀ। ਕਦੋਂ ਕੁੱਟਿਆ ਗਿਆ? ਰਾਤ 7 ਵਜੇ। ਕਾਰਵਾਈ ਕੋਈ ਪੁਲਿਸ ਵਾਲਾ ਨਹੀਂ ਆਇਆ, ਕੋਈ ਕਾਰਵਾਈ ਨਹੀਂ, ਉਹਨਾਂ ਨੇ ਕੁਛ ਨਹੀਂ ਕੀਤੀ। ਅਸੀਂ ਦੋ ਜਣੇ ਅਤੇ ਉਹ 15-20 ਜਣੇ ਸੀਗੇ। ਤੁਹਾਡੇ ਘਰ ਦੇ ਨਾਲ ਹੀ ਇਹ ਘਰ ਉਹਨਾਂ ਦਾ? ਹਾਂਜੀ, ਸਾਹਮਣੇ ਗਲੀ ਦੇ ਨਾਲ ਸਾਹਮਣੇ ਘਰ ਆ। ਕਾਹਦੇ ਨਾਲ ਤੁਸੀਂ ਕੁੱਟਿਆ? ਕਾਹਦੇ ਨਾਲ ਤੁਹਾਨੂੰ? ਇੱਕ ਲੋਹੇ ਦੀ ਰਾਡ ਸੀ, ਸਰੀਆ ਸੀਗਾ ਜੀ, ਅਤੇ ਇੱਕ ਦੇ ਕੋਲ ਖੰਡਾ ਸੀ, ਇੱਕ ਕਿਰਪਾਨ ਸੀਗੀ, ਬੈਸਬੋਲ ਸੀਗੇ। ਉਧਰ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਲੜਾਈ ਸੰਬੰਧੀ ਉਹਨਾਂ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਦੱਸ ਦਈਏ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰ, ਇੱਕ ਮੋਗਾ ਦੇ ਪ੍ਰੀਤਨਗਰ ਦੇ ਵਿੱਚ ਲੜਕਿਆਂ ਨਾਲ ਕੁੱਟਮਾਰ ਹੋਈ ਹੈ, ਕੀ ਮਾਮਲਾ ਸਰ ਤੁਹਾਡੇ ਕੋਲ, ਕੀ ਕਾਰਵਾਈ ਹੈ? ਮਾਮਲਾ ਤਾਂ ਜੇ ਪਤਾ ਨਹੀਂ ਲੱਗਾ, ਆਪਣੇ ਕੋਲ ਇਨਫੋਰਮੇਸ਼ਨ ਹੋਣ ਆਈ ਹੈ, ਦੋ ਲੜਕੇ ਦਾਖਲ ਨੇ ਹੋਸਪਿਟਲ, ਉਹ ਜਾ ਕੇ ਉਹਨਾਂ ਦੇ ਬਿਆਨ ਲਿਖਾਂਗੇ, ਫਿਰ ਪਤਾ ਲੱਗੂ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕੁੜੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਮੀਡੀਆ ਸਾਹਮਣੇ ਨਹੀਂ ਆ ਰਿਹਾ। ਰੰਗਲਾ ਟੀਵੀ ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।